ਇਸ ਤਰ੍ਹਾਂ ਕਿ ਇਹ ਨਗਰ ਦਾ ਨਾਂ ਹੈਗਾ ਘੁਰਾਮ, ਤੇ ਭਗਵਾਨ ਰਾਮ ਚੰਦਰ ਜੀ ਦੇ ਨਾਂ ਤੇ ਹੀ ਮਤਲਬ ਜਿਹੜੀ ਹੈਗੀ ਆ ਰਾਮਗੜ੍ਹ ਦਾ ਕਿਲ੍ਹਾ ਬਣਾਇਆ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ। ਇੱਥੇ ਤੁਹਾਨੂੰ ਦੱਸਿਆ ਵੀ ਰਾਮਗੜ੍ਹ ਬਣਾ ਕੇ ਉਹਨੇ ਰਾਮਗੜ੍ਹ ਦਾ ਜਿਹੜਾ ਹੈਗਾ ਕਿਲ੍ਹਾ ਬਣਾਇਆ, ਇਹ ਰਾਮਗੜ੍ਹ ਦਾ ਕਿਲ੍ਹਾ। ਇਹ ਸਥਾਨ ਪਰਫੈਕਟਲੀ ਟੈਲੀ ਕਰਦਾ ਹੈ ਕਿ ਇਹ ਜਿਹੜਾ ਨੌਰਥ ਕੋਸਲ ਇਹੀ ਹੈ। ਹਰ ਮਹੀਨੇ ਇੱਥੇ ਅਸ਼ਟਮੀ ਨੂੰ ਪਾਠ ਰੱਖਿਆ ਜਾਂਦਾ ਰਾਮਾਇਣ ਜੀ ਦਾ, ਨੌਵੀਂ ਨੂੰ ਭੋਗ ਪੈਂਦਾ 25 ਸਾਲ ਤੋਂ। ਰਾਮ ਜੀ ਦੇ ਨੇ ਉਹਦੇ ਨਾਨਕੇ ਨੇ, ਪਰ ਲੋਕਾਂ ਨੂੰ ਨਹੀਂ ਪਤਾ ਸੀ, ਲੋਕ ਦਰਸ਼ਨ ਕਰਨ ਵਾਸਤੇ ਬਹੁਤ ਘੱਟ ਆਉਂਦੇ ਸਨ। ਵੱਡੇ ਵਡੇਰਿਆਂ ਨੂੰ ਦੱਸਦੇ ਕਿ ਇੱਥੇ ਮਾਤਾ ਕੌਸ਼ਲਿਆ ਦਾ ਜਨਮ ਹੋਇਆ ਤੇ ਉਹਦਾ ਪੇਕੇ ਘਰ ਹੈ ਤੇ ਰਾਮ ਜੀ ਦੇ ਨਾਨਕੇ ਨੇ। ਜਦੋਂ ਵੀ ਬੱਚਾ ਨਾਨਕੇ ਘਰ ਆਇਆ, ਇੱਥੇ ਖੇਡਦਾ ਰਿਹਾ, ਸਾਰੀਆਂ ਗਲੀਆਂ 'ਚ ਫਿਰੇ ਨੇ ਸ਼੍ਰੀ ਰਾਮ ਚੰਦਰ ਜੀ। ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ ਇੱਕ ਲਾ ਫਤਿਹ ਕੀਤਾ, ਇਹ ਮੁਗਲਾਂ ਦਾ ਰਾਜ ਸੀ ਉੱਥੇ, ਉਹਦੇ ਕਰਕੇ ਉਹਨਾਂ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਰਾਮ ਦੇ ਨਾਨਕਾ ਘਰ ਤੇ ਮਾਤਾ ਕੌਸ਼ਲਿਆ ਦਾ ਮੰਦਿਰ ਇੱਥੇ ਸ਼ੋਭਿਤ ਹੋਣਾ ਚਾਹੀਦਾ, ਵਧੀਆ ਤੋਂ ਵਧੀਆ ਹੋਣਾ ਚਾਹੀਦਾ। ਇਹ ਨਾਨਕੇ ਨੇ ਸ਼੍ਰੀ ਰਾਮ ਚੰਦਰ ਜੀ ਦੇ, ਬਾਬਾ ਜੀ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਐਲਾਨ ਕਰਤਾ ਵੀ ਇੱਥੇ ਮੰਦਿਰ ਬਣੂਗਾ। ਇਸ ਮੰਦਿਰ ਦੇ ਵਿੱਚ ਬਣਾਉਣ ਦੇ ਵਿੱਚ ਸਾਡਾ ਸਾਰੇ ਸਹਿਯੋਗ ਦੇਣ। ਪੂਰੇ ਦੇਸ਼ ਦੇ ਵਿੱਚ ਅੱਜ ਰਾਮ ਭਗਤਾਂ ਵੱਲੋਂ ਜਿਹੜਾ ਅਯੋਧਿਆ ਦੇ ਵਿਖੇ ਸਮਾਗਮ ਦੇ ਉਲੀਕੇ ਗਏ ਨੇ, ਤਾਂ ਰਾਮ ਜੀ ਦਾ ਜਿਹੜਾ ਨਾਮ ਆ ਉਹ ਜਪਿਆ ਜਾ ਰਿਹਾ, ਜਾਣੀ ਕਿ ਅੱਜ ਪ੍ਰਾਣ ਪ੍ਰਤਿਸ਼ਠਾ ਜਿਹੜੀ ਹੈ ਉਹ ਉੱਥੇ ਹੋ ਰਹੀ ਹੈ। ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੀ ਟੀਮ ਜਿਹੜੀ ਉੱਥੇ ਪਹੁੰਚੀ ਹੈ, ਜਿੱਥੇ ਕਿ ਰਾਮ ਜੀ ਜਿਹੜੇ ਨੇ ਉਹ ਭਗਵਾਨ ਰਾਮ ਜੀ ਦੇ ਨਾਨਕੇ ਨੇ। ਸੋ ਤੁਹਾਨੂੰ ਅਸੀਂ ਤਸਵੀਰ ਪਹਿਲਾਂ ਦਿਖਾਵਾਂਗੇ, ਕਿਉਂਕਿ ਲੰਬਾ ਸਮਾਂ ਹੋ ਗਿਆ ਜਿਹੜੇ ਇੱਥੇ ਦੇ ਗੱਲ ਕੀਤੀ ਜਾਵੇ ਤਾਂ ਇੱਥੇ ਦਾ ਜਿਹੜਾ ਇਤਿਹਾਸ ਕੀ ਹੈ, ਇੱਥੇ ਦੇ ਜਿਹੜੇ ਸੇਵਾਦਾਰ ਨੇ ਉਹ ਸੇਵਾ ਕਰ ਰਹੇ ਨੇ, ਸਾਰੀ ਜਿਹੜੀ ਜਾਣਕਾਰੀ ਹੈ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ, ਕਿਉਂਕਿ ਜਿਹੜੀਆਂ ਪੂਰੀਆਂ ਦੇਸ਼ ਦੀਆਂ ਨਜ਼ਰਾਂ ਨੇ ਉਹ ਅੱਜ ਸ਼੍ਰੀ ਭਗਵਾਨ ਰਾਮ ਜੀ ਦੇ ਜਿਹੜਾ ਪ੍ਰਾਣ ਪ੍ਰਤਿਸ਼ਠਾ ਜਿਹੜੀ ਹੋ ਰਹੀ ਹੈ ਉੱਥੇ ਜਿਹੜੀਆਂ ਡਿੱਗੀਆਂ ਹੋਈਆਂ ਨੇ, ਕੀ ਪ੍ਰੋਗਰਾਮ ਲਿਖੇ ਗਏ ਨੇ, ਉਹ ਸਾਰਾ ਅਸੀਂ ਤੁਹਾਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੁਆਰਾ ਜਿਹੜਾ ਦਿਖਾ ਰਹੇ ਹਾਂ। ਤੋ ਅੱਜ ਤੁਹਾਨੂੰ ਅਸੀਂ ਉਸ ਜਗ੍ਹਾ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਕਿ ਭਗਵਾਨ ਰਾਮ ਜੀ ਦੇ ਜਿਹੜੇ ਨਾਨਕੇ ਸਨ। ਸਭ ਤੋਂ ਪਹਿਲਾਂ ਅਸੀਂ ਜਿਹੜੇ ਇਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਗੰਡਾ ਸਿੰਘ ਹੈ। ਕਿੰਨੀ ਉਮਰ ਆ ਬਾਪੂ ਤੁਹਾਡੀ? ਮੈਂ ਜੀ ਇੱਥੇ ਬਹੁਤ ਸਮਾਂ ਹੋ ਗਿਆ ਰਹਿੰਦਿਆਂ। ਅੱਛਾ। ਇਹ ਸ਼੍ਰੀ ਰਾਮ ਜੀ ਦੇ ਨਾਨਕਿਆਂ ਦਾ ਸ਼ਹਿਰ ਹੈ। ਅੱਛਾ। ਇਹ ਪੁਰਾਤਨ ਸ਼ਹਿਰ ਹੈ ਗੁਰੂ ਸ਼੍ਰੀ ਨਾਨਕ ਸਿੰਘ ਦਾ, ਸ਼੍ਰੀ ਰਾਮ ਸਿੰਘ ਜੀ ਇੱਥੋਂ ਹੀ ਹੋਏ ਨੇ। ਇਤਿਹਾਸ ਦੀ ਗੱਲ ਕੀਤੀ ਜਾਵੇ, ਕੀ ਇਤਿਹਾਸ ਕੀ ਹੈ ਇੱਥੇ ਦਾ, ਕੁਛ ਕੁਛ ਜਾਣਕਾਰੀ ਸਾਂਝੀ ਕੀਤੀ ਜਾਵੇ, ਕਿਉਂਕਿ ਤੁਸੀਂ ਉਹ ਇੰਨਾ ਸਮਾਂ ਰਹਿ ਰਹੇ ਹੋ, ਕੀ ਇਤਿਹਾਸ ਕੀ ਹੈ ਇੱਥੇ ਦਾ? ਇਤਿਹਾਸ ਹੈ ਵੀ ਸ਼੍ਰੀ ਰਾਮਚੰਦਰ ਦੇ ਨਾਨਕਿਆਂ ਦਾ ਇਹ ਸ਼ਹਿਰ ਹੈ। ਜਦੋਂ ਪਹਿਲਾ ਬੱਚਾ ਹੁੰਦਾ ਹੈ ਇਹ ਨਾਨਕਿਆਂ ਦੇ ਘਰ ਹੁੰਦਾ, ਇਹ ਉਹ ਇਹ ਇਸ ਜਗ੍ਹਾ ਦਾ ਮੰਦਰ ਹੈ, ਇਹ ਸਥਾਨ ਦਾ ਜਿਹੜੀ ਸਾਰੀ ਸੇਵਾ ਕੀਤੀ ਹੈ ਇਹ ਡਾਕਟਰ ਸਾਹਿਬ ਨੇ ਕੀਤੀ ਹੈ। ਬਹੁਤ ਮਾਇਆ ਲਾਈ ਹੈ, ਕਿਸੇ ਕੋਲ ਕੁਛ ਨਹੀਂ ਲਿਆ, ਬਹੁਤ ਸੋਹਣੀ ਸੇਵਾ ਕੀਤੀ ਹੈ। ਇਸੇ ਤਰ੍ਹਾਂ ਮਾਨ ਚੜ੍ਹਦੀ ਕਲਾ ਰੱਖਣ, ਤੁਹਾਨੂੰ ਵੀ ਸਾਸੇ ਪਾਤਸ਼ਾਹ ਸਭ ਦੇ ਸਿਰ 'ਤੇ ਮਿਹਰ ਪਿਆ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਇਤਿਹਾਸ ਦੀ ਗੱਲ ਕੀਤੀ ਜਾਵੇ, ਕਿਉਂਕਿ ਅੱਜ ਜਿਹੜਾ ਲੋਕਾਂ ਨੂੰ ਪਤਾ ਲੱਗਿਆ ਵੀ ਜਿਹੜਾ ਸ਼੍ਰੀ ਰਾਮ ਚੰਦਰ ਜੀ ਦੇ ਜਿਹੜੇ ਨੇ ਰਾਮ ਜੀ ਦੇ ਉਹਦੇ ਨਾਨਕੇ ਨੇ, ਪਰ ਲੋਕਾਂ ਨੂੰ ਨਹੀਂ ਪਤਾ ਸੀ, ਲੋਕ ਦਰਸ਼ਨ ਕਰਨ ਵਾਸਤੇ ਬਹੁਤ ਘੱਟ ਆਉਂਦੇ ਸਨ, ਤਾਂ ਹੌਲੀ ਹੌਲੀ ਜਿਹੜੀ ਜਾਣਕਾਰੀ ਸਾਂਝੀ ਹੋਈ ਹੈ ਕਿ ਇਤਿਹਾਸ ਕੀ ਹੈ ਉਹਦੇ ਦਾ।
ਇਹ ਰਾਜਾ ਕੌਸ਼ਲ ਨਰੇਸ਼ ਅਤੇ ਹਨੂਮੰਤ ਜਿਹੜੇ ਮਾਤਾ ਇਹਦੇ ਕੌਸ਼ਲਿਆ ਦੇ ਪਿਤਾ ਸੀ ਹਨੂਮੰਤ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਨਾਨਕਾ ਪਰਿਵਾਰ ਘਰ ਉਹਨਾਂ ਦਾ ਅਤੇ ਮਾਤਾ ਕੌਸ਼ਲਿਆ ਦਾ ਪੇਕੇ ਘਰ। ਹਾਂਜੀ ਇਤਿਹਾਸ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਜਾਂ ਫਿਰ ਜਿਸ ਤਰ੍ਹਾਂ ਹਾਲਾਤ ਦੀ ਗੱਲ ਕੀਤੀ ਹੈ ਬੜਾ ਖੰਡਰ ਹੁੰਦਾ ਜਾ ਰਿਹਾ ਸੀ, ਕਿਸੇ ਸਰਕਾਰਾਂ ਨੇ ਗੌਰ ਨਹੀਂ ਕੀਤੀ ਕੋਈ? ਇਹ ਕਿਸੇ ਸਰਕਾਰ ਨੇ ਗੌਰ ਨਹੀਂ ਕੀਤੀ, ਇਹ ਡਾਕਟਰ ਮਨਜੀਤ ਸਿੰਘ ਰੰਧਾਵੇ ਨੇ ਮਾਤਾ ਕੌਸ਼ਲਿਆ ਹਸਪਤਾਲ ਦੇ ਸੀਨੀਅਰ CMO ਸਾਹਿਬ ਸੀ, ਉਹਨਾਂ ਨੂੰ ਖੋਜ ਕਰਦੇ ਕਰਦੇ ਬਾਬਾ ਸ਼ਿਵ ਮੰਦਿਰ ਵਾਲੇ ਸਵਾਮੀ ਵਿਵੇਕਾਨੰਦ ਜੀ ਤੇ ਉਹਨਾਂ ਨਾਲ ਮਿਲ ਕੇ ਫਿਰ ਇਹ ਮੂਰਤੀ ਸਥਾਪਨਾ 1999 ਚ ਮਾਤਾ ਕੌਸ਼ਲਿਆ ਦੀ ਕੀਤੀ। ਹਾਂਜੀ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਜਿਹੜੇ ਉਹਦੇ ਲੋਕ ਨੇ ਉਹਦੇ ਦੇ ਵਾਸੀ ਨੇ ਕਦੇ ਗੱਲਬਾਤ ਨਹੀਂ ਕੀਤੀ ਜਾਊਗੀ ਇੰਨਾ ਵੱਡਾ ਸਥਾਨ ਹੋਣ ਦੇ ਬਾਵਜੂਦ ਵੀ, ਜੇਕਰ ਰਾਮ ਜੀ ਦੀ ਗੱਲ ਕੀਤੀ ਜਾਵੇ ਭਗਵਾਨ ਰਾਮ ਜੀ ਦੇ ਅੱਜ ਜਿਹੜੇ ਲੋਕ ਨੇ ਉਹ ਦਰਸ਼ਨ ਕਰ ਰਹੇ ਨੇ, ਅੱਜ ਉੱਥੇ ਅਯੋਧਿਆ ਦੇ ਵਿੱਚ ਜਿਹੜਾ ਸਮਾਗਮ ਲਿਖਿਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹੁੰਚਣਾ, ਕਿ ਹੋਰ ਲੋਕਾਂ ਨੂੰ ਜਿਹੜਾ ਪਤਾ ਲੱਗੇ ਵੀ ਉੱਥੇ ਜਿਹੜੇ ਨਾਨਕੇ ਸਨ? ਇਹ ਤਾਂ ਜਦੋਂ ਅਸੀਂ 1947 ਦੇ ਵਿੱਚ ਵੰਡ ਹੋਈ ਪੰਜਾਬ ਦੀ, ਜਿਹੜੇ ਕਿ ਇੱਥੇ ਦੇ ਲੋਕ ਰਹਿੰਦੇ ਸੀ ਉਹ ਸਾਨੂੰ ਆਣ ਕੇ ਵੱਡ ਵਡੇਰਿਆਂ ਨੂੰ ਦੱਸਦੇ ਕਿ ਇੱਥੇ ਮਾਤਾ ਕੌਸ਼ਲਿਆ ਦਾ ਜਨਮ ਹੋਇਆ ਅਤੇ ਉਹਦਾ ਪੇਕੇ ਘਰ ਏ ਅਤੇ ਰਾਮ ਜੀ ਦੇ ਨਾਨਕੇ ਨੇ ਨਾਨਕਾ ਘਰ। ਅਤੇ ਹੁਣ ਲੋਕਾਂ ਨੂੰ ਕੋਈ ਜਾਣਕਾਰੀ ਹਾਸਲ ਹੋਈ ਹੈ ਕਿਉਂਕਿ ਲੋਕ ਜਿਹੜੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ, ਕਿ ਪਹਿਲਾਂ ਲੋਕਾਂ ਨੂੰ ਜਾਣਕਾਰੀ ਸੀ ਕਿਉਂਕਿ ਲੋਕ ਜਦ ਤੁਸੀਂ ਪਿੰਡ ਦੇ ਵਾਸੀ ਹੋ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਵੀ ਸੀ, ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਵਗੈਰਾ ਆ ਰਹੇ ਨੇ, ਕਿ ਉਹ ਤੁਹਾਨੂੰ ਲੱਗਦਾ ਕੋਈ ਉਮੀਦ ਹੈਗੀ ਆ ਉਹਦੀ ਜਿਹੜਾ ਸੁਧਾਰ ਹੋਊਗਾ ਕੁਛ? ਰਮੇਸ਼ ਸਿੰਘ ਟਾਣਮਾਜਰਾ MLA ਸਾਹਿਬ ਅਤੇ ਇੱਧਰ ਸੁਖਵਿੰਦਰ ਸਿੰਘ ਜੀ ਨੇ ਇਹਨਾਂ ਆਵਾਜ਼ ਉਠਾਈ ਆਪਣੇ ਪੰਜਾਬ ਦੀ ਅਤੇ ਮਾਤਾ ਕੌਸ਼ਲਿਆ ਦਾ ਪੇਕੇ ਘਰ ਘੋੜਾਮ ਹੈ ਅਤੇ ਰਾਮ ਦਾ ਜਨਮ ਸਥਾਨ ਇੱਥੇ, ਕਿਉਂਕਿ ਜਦੋਂ ਵੀ ਬੱਚਾ ਨਾਨਕੇ ਘਰ ਆਇਆ ਇੱਥੇ ਖੇਡਦਾ ਰਿਹਾ, ਸਾਰੀਆਂ ਗਲੀਆਂ 'ਚ ਫਿਰੇ ਨੇ ਸ਼੍ਰੀ ਰਾਮ ਚੰਦਰ ਜੀ ਅਤੇ ਉਹਨਾਂ ਦੀ ਚਰਨ ਛੂਹ ਧਰਤੀ ਹੈ। ਜੇਕਰ ਦੋ ਤਸਵੀਰਾਂ ਦੀ ਗੱਲ ਕੀਤੀ ਜਾਵੇ, ਇੱਕ ਸਾਂਝੀ ਵਾਰਤਾ ਸੰਦੇਸ਼ ਦੇ ਰਹੀਆਂ ਦੋ ਤਸਵੀਰਾਂ ਨੇ, ਇੱਕ ਪਿਛਲੇ ਪਾਸੇ ਜਿਹੜਾ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲੱਗੀਆਂ ਨੇ, ਇਹਦਾ ਥੋੜ੍ਹਾ ਸਾਨੂੰ ਜਿਹੜਾ ਸਾਂਝੀ ਵਾਰਤਾ ਸੰਦੇਸ਼ ਆ ਉਹਦੀ ਜਾਣਕਾਰੀ ਸਾਂਝੀ ਕਰੋ। ਇਹ ਜਦੋਂ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਸੀ ਉੱਥੇ ਸਰਹੰਦ ਦੇ ਵਿੱਚ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ ਇੱਕ ਲਾ ਫਤਿਹ ਕੀਤਾ, ਇਹ ਮੁਗਲਾਂ ਦਾ ਰਾਜ ਸੀ ਉਦੋਂ, ਉਹਦੇ ਕਰਕੇ ਉਹਨਾਂ ਦੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ। ਹਾਂਜੀ ਕਿੰਨੇ ਕੁ ਜਿਹੜੀ ਸੰਗਤ ਆ ਉਹ ਲੋਕ ਜਿਹੜੇ ਡੇਲੀ ਆਉਂਦੇ ਆ, ਕੋਈ ਸੰਗਤ ਆਉਂਦੀ ਹੈ ਜਾਂ ਅੱਜ ਇਸ ਕਰਕੇ ਅੱਜ ਆਈ ਹੈ? ਪਹਿਲਾਂ ਵੀ ਕੋਈ ਸੰਗਤ ਆ ਰਹੀ ਸੀ ਕਿ ਨਹੀਂ? ਸੰਗਤ ਕੱਲ੍ਹ ਸ਼ੋਭਾ ਯਾਤਰਾ ਸੀ 21 ਤਰੀਕ ਨੂੰ, ਅਤੇ ਅੱਜ MLA ਸਾਹਿਬ ਹੋਰ ਕਈ ਲੀਡਰਸ਼ਿਪ ਅਤੇ ਸ਼ਿਵ ਸੈਨਾ ਦੇ ਪਵਨ ਕੁਮਾਰ ਗੁਪਤਾ ਜੀ ਉਹ ਪਹੁੰਚੇ, ਕੱਲ੍ਹ ਵੀ ਆਏ ਸੀ, ਅੱਜ ਵੀ ਉਹਨਾਂ ਦੇ ਨਾਲ ਕਈ ਸੀਟਾਂ ਆਉਣਗੀਆਂ। ਕੀ ਮੰਗ ਕੀ ਕਰਦੇ ਹੋ ਕਿਉਂਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਅੱਜ ਉੱਥੇ ਜਿਹੜਾ ਸਮਾਗਮ ਲਿਖਿਆ ਗਿਆ ਅਯੋਧਿਆ ਦੇ ਵਿੱਚ, ਕਿ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਦਾ ਜਿਹੜਾ ਦੇਸ਼ ਹੋਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਦਰਸ਼ਨ ਕਰਨ ਵਾਸਤੇ ਆਉਣਗੇ? ਕਿਉਂਕਿ ਸਾਡੇ ਕੋਲ ਮੰਦਿਰ ਮਾਤਾ ਕੌਸ਼ਲਿਆ ਦਾ ਛੋਟਾ ਜਿਹਾ ਸੀ, ਡਾਕਟਰ ਮਨਜੀਤ ਸਿੰਘ ਰੰਧਾਵੇ ਨੇ ਬਣਵਾਇਆ ਸੀ ਅਤੇ ਬਾਬਾ ਸ਼ਿਵ ਮੰਦਿਰ ਵਾਲਿਆਂ ਨੇ, ਕਿ ਅਸੀਂ ਸੋਚਦੇ ਹਾਂ ਕਿ ਰਾਮ ਦੇ ਨਾਨਕਾ ਘਰ ਅਤੇ ਮਾਤਾ ਕੌਸ਼ਲਿਆ ਦਾ ਮੰਦਿਰ ਇੱਥੇ ਸ਼ੋਭਤ ਹੋਣਾ ਚਾਹੀਦਾ, ਵਧੀਆ ਤੋਂ ਵਧੀਆ ਹੋਣਾ ਚਾਹੀਦਾ। ਸੋ ਬਿਲਕੁਲ ਜਿਸ ਤਰ੍ਹਾਂ ਸੰਗਤ ਦੀ ਗੱਲ ਕੀਤੀ ਜਾਵੇ, ਸੰਗਤ ਨੇ ਕਿਹਾ ਕਿ ਜਿਹੜਾ ਇਸ ਮੰਦਿਰ ਦੀ ਵੀ ਦਿੱਖ ਆ ਉਹ ਸੁਧਾਰਨੀ ਚਾਹੀਦੀ ਹੈ ਤਾਂ ਜੋ ਜਿਹੜੇ ਸ਼ਰਧਾਲੂ ਮੇਰੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਸੋ ਅਸੀਂ ਤੁਹਾਨੂੰ ਘੜਾਮ ਦੀ ਧਰਤੀ ਦੇ ਉੱਪਰ ਜਿੱਥੇ ਕੀ ਦੱਸਿਆ ਜਾ ਰਿਹਾ ਇਤਿਹਾਸ ਦੇ ਮੁਤਾਬਿਕ ਜਿਹੜੇ ਭਗਵਾਨ ਰਾਮ ਜੀ ਨੇ ਉਹਨਾਂ ਦੇ ਨਾਨਕੇ ਸੰਤ ਸੰਗਤਾਂ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਨੇ ਨਤਮਸਤਕ ਹੋਣ ਵਾਸਤੇ ਇੱਥੇ ਪਹੁੰਚ ਰਹੀਆਂ ਨੇ, ਅਤੇ ਜਿਨ੍ਹਾਂ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਜਿਹੜੀ ਸੇਵਾ ਉਸ ਸਥਾਨ 'ਤੇ ਕੀਤੀ ਜਾ ਰਹੀ ਹੈ। ਸੋ ਰਿਟਾਇਰ ਡਾਕਟਰ ਸਾਹਿਬਾਨ ਨੇ ਸੋ ਅਸੀਂ ਗੱਲਬਾਤ ਕਰਦੇ ਉਹਨਾਂ ਦੇ ਨਾਲ, ਸਿੰਘ ਸਾਹਿਬ ਇਤਿਹਾਸ ਦੀ ਪੂਰੀ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਜਾਵੇ ਇਤਿਹਾਸ ਕੀ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਇਸ ਤਰ੍ਹਾਂ ਕਿ ਇਹ ਨਗਰ ਦਾ ਨਾਂ ਹੈਗਾ ਘੁਰਾਮ,
ਡਿਕਸ਼ਨਰੀ ਮੀਨਿੰਗ ਉਹਦਾ ਜੇ ਸੰਸਕ੍ਰਿਤ ਤੋਂ ਲਈਏ, ਕੂ ਦਾ ਮਤਲਬ ਹੁੰਦਾ ਘਰ, ਰਾਮ ਜੀ ਦਾ ਘਰ ਮਤਲਬ ਬੋਰਡ ਆਫ ਰਾਮ। ਅੱਛਾ, ਦੂਸਰਾ ਇਹ ਹੈ ਕਿ ਜਿਹੜੇ ਫਾਰਸੀ ਦੇ ਜਿਹੜੇ ਜਿਹੜੇ ਆਪਣੇ ਹੋਏ ਨੇ ਹਿਸਟੋਰੀਅਨਸ ਹੋਏ ਨੇ, ਆਇਨੇ ਅਕਬਰੀ 'ਚ ਇਹਦਾ ਜ਼ਿਕਰ ਆਉਂਦਾ ਕੋਹੇ ਰਾਮ ਕਰਕੇ, ਕੋਹ ਦਾ ਮਤਲਬ ਹੁੰਦਾ ਪਹਾੜੀ ਜਾਂ ਟਿੱਲਾ, ਰਾਮ ਜੀ ਦਾ ਟਿੱਲਾ ਜਾਂ ਰਾਮ ਜੀ ਦੀ ਪਹਾੜੀ, ਜਿਸ ਤਰ੍ਹਾਂ ਕੋਹੇ ਕਾਫ ਕੋਹੇ ਨੂਰ, ਸਮਝ ਨਹੀਂ ਹੁੰਦੇ ਜਿਹੜਾ ਕੋਹੇ ਨੂਰ ਦਾ ਮਤਲਬ ਨੂਰ ਦਾ ਪਹਾੜ। ਸੋ ਇਹਦਾ ਨਾਂ ਕਿਸੇ ਨੇ ਨਹੀਂ ਵਿਗਾੜਿਆ, ਇੱਕ ਬੜੀ ਗਲਤ ਧਾਰਨਾ ਹੈ ਜਿਹੜਾ ਕਿਹਾ ਜਾਂਦਾ ਵੀ ਜਿਹੜਾ ਘੁੜਾਮ ਇਹਦਾ ਨਾਂ ਕਿਸੇ ਨੇ ਵਿਗਾੜਤਾ। ਘੁੜਾਮ ਕਿਵੇਂ ਨਾਂ ਪਿਆ? ਇਹ ਪਿਆ ਕਿ ਜਿਹੜਾ ਨਾ ਘਰ ਰਾਮ, ਕਿਉਂਕਿ ਘਰ ਔਰ ਡਬਲ ਆਰ ਆ ਗਿਆ, ਡਬਲ ਆਰ ਨੂੰ ਇਹਨਾਂ ਨੇ ਡਾੜਾ ਉਚਾਰਨ ਸ਼ੁਰੂ ਕਰਤਾ। ਅਦਰਵਾਈਜ਼ ਕਿਸੇ ਥਾਂ 'ਤੇ ਕਿਸੇ ਲਿਟਰੇਚਰ 'ਚ ਇਹਦਾ ਨਾਂ ਜਿਹੜਾ ਇਸ ਤਰ੍ਹਾਂ ਵਿਗੜੇ ਵਾ ਨਾਂ ਨਹੀਂ ਹੈ। 1904 ਦਾ ਗਜ਼ਟੀਅਰ ਹੈ, ਉਹਦੇ ਵਿੱਚ ਇਹਦਾ ਨਾਂ ਘੁੜਾਮ ਕਰਕੇ ਹੈ। ਅੱਛਾ, ਫਿਰ ਇੱਥੇ ਜਿਹੜਾ ਮਹਾਰਾਜਾ ਕਰਮ ਸਿੰਘ ਨੇ ਪਟਿਆਲੇ ਵਾਲੇ ਨੇ, ਉਹਨੇ ਇੱਥੇ ਨੂੰ ਰਾਮਗੜ੍ਹ ਦਾ ਕਿਲ੍ਹਾ ਬਣਾਇਆ। ਰਾਮਗੜ੍ਹ ਆ ਜਿਹੜਾ ਕਿਲ੍ਹਾ ਜਿਹੜਾ ਜਿੱਥੇ ਪ੍ਰਿੰਸਸ ਹੈ, ਇੱਥੇ ਫਿਰ ਉਹਨਾਂ ਨੇ, ਕਿਉਂਕਿ ਉਹਨਾਂ ਨੇ ਜਿੰਨੇ ਵੀ ਸਥਾਨ ਬਣਾਏ ਨੇ ਉਹਨਾਂ ਨੇ ਬਣਾਏ ਨੇ, ਧਾਰਮਿਕ ਬਣਾਏ ਨੇ ਅਤੇ ਗੁਰਦੁਆਰਾ ਸਾਹਿਬ ਬਣਾਏ ਨੇ। ਇੱਥੇ ਉਹਨਾਂ ਨੇ ਆਹ ਜਿਹੜਾ ਸੀਗਾ, ਇੱਥੇ ਭਗਵਾਨ ਰਾਮ ਚੰਦਰ ਜੀ ਦੇ ਨਾਂ 'ਤੇ ਹੀ ਮਤਲਬ ਜਿਹੜੀ ਹੈਗੀ ਆ ਰਾਮਗੜ੍ਹ ਦਾ ਕਿਲ੍ਹਾ ਬਣਾਇਆ ਅਤੇ ਮਹਾਰਾਜ ਦਾ ਪ੍ਰਕਾਸ਼ ਕੀਤਾ। ਅਸੀਂ ਇਹ ਸਾਰੀ ਖੋਜ ਕਰਕੇ ਉਦੋਂ ਬਾਅਦ ਫਿਰ ਜਿਹੜੀ ਹੈ ਇਹ ਜਦੋਂ 1999 'ਚ ਜਿਹੜੀ ਹੈਗੀ ਆ ਜਿਹੜਾ ਉਹ ਇੱਕ ਅਣਵਿਦ ਮਹੂਰਤ ਸੀਗਾ ਜਿਹੜਾ 300 ਸਾਲ ਬਾਅਦ ਆਉਂਦਾ, ਜਿਹਦੇ ਜਿਵੇਂ ਖਾਲਸੇ ਦੀ ਸਾਜਨਾ ਹੋਈ ਸੀ ਵਿਸਾਖੀ ਵਾਲੇ ਦਿਨ। ਇਹ ਦਿਨ ਕੀ ਹੁੰਦਾ ਵੀ ਉਦੇ ਵਿਸਾਖੀ ਵੀ ਹੁੰਦੀ ਹੈ ਅਤੇ ਪਹਿਲਾਂ ਨਵਰਾਤਰਾ ਵੀ ਹੁੰਦਾ, ਇਹ 300 ਸਾਲ ਬਾਅਦ ਮਹੂਰਤ ਆਉਂਦਾ, ਉਹਨੂੰ ਅਣਵਿਦ ਮਹੂਰਤ ਮੰਨਦੇ ਨੇ। ਉਸ ਮਹੂਰਤ 'ਚ ਬੜੀ ਕੋਸ਼ਿਸ਼ ਸੀਗੀ ਵੀ ਜਿਹੜੀ ਰਾਮ ਜੀ ਦਾ ਮੰਦਿਰ ਜਿਹੜਾ ਵੀ ਅਯੁੱਧਿਆ 'ਚ ਬਣਾਇਆ ਜਾਵੇ, ਪਰ ਅਯੁੱਧਿਆ 'ਚ ਉਦੋਂ ਕਿਸੇ ਨੇ ਮਤਲਬ ਜਿਹੜੀ ਹੈਗੀ ਉੱਥੇ ਫੌਜ ਫੂਜ ਲੱਗੀ ਵੀ ਸੀਗੀ, ਉਹ ਕੁਛ ਵੀ ਉੱਥੋਂ ਹੋ ਨਾ ਸਕਿਆ। ਸੋ ਸਾਡੇ ਮਨ 'ਚ ਇਹ ਗੱਲ ਆਈ ਵੀ ਅਸੀਂ ਜਿਹੜੀ ਹੈ ਵੀ ਇੱਥੇ ਜਦੋਂ ਭਗਵਾਨ ਦੇ ਨਿਹਾਲੇ ਵੀ ਇੱਥੇ ਵੀ ਉਹ ਖੇਡੇ ਹੋਣਗੇ ਵੀ ਆਪਾਂ ਇੱਥੇ ਹੀ ਕੰਮ ਇਹ ਕਰ ਲਈਏ, ਨਾਨਕੇ ਤਾਂ ਜ਼ਰੂਰ ਆਏ ਹੋਣਗੇ ਆਪਣੇ। ਹਾਂ ਵੀ ਅਜੇ ਨਾਨਕੇ, ਕਿਉਂਕਿ ਇਹ ਧਾਰਨਾ ਨਾ ਲੋਕਾਂ ਦੀ ਧਾਰਨਾ ਵੀ ਨਾਨਕੇ ਨੇ। ਖੋਜ ਜਿਹੜੀ ਹੈ, ਖੋਜ ਇਹ ਕਹਿੰਦੀ ਹੈ ਕਿ ਇਹ ਪੂਰਮ ਦੇ ਮੁੱਖ 'ਚ ਅਵਸਥਿਤ, ਪੂਰਮ ਅਕਿਰਤੀ ਹੈ ਇੱਕ, ਉਹ 4 ਅਕਿਰਤੀਆਂ ਨੇ, ਇੱਕ ਮੱਛ ਅਕਿਰਤੀ ਹੈ, ਇੱਕ ਵਰਾਹ ਅਕਿਰਤੀ ਹੈ, ਇੱਕ ਹੈਗੀ ਅਸ਼ਵ ਸਿਰਾ, ਇੱਕ ਹੈਗੀ ਕੂਰਮ ਅਕਿਰਤੀ। ਕਿ ਕੂਰਮ ਅਕਿਰਤੀ ਦੇ ਮੁੱਖ 'ਚ ਅਤੇ ਸਰਸਵਤੀ ਦੇ ਕੰਢੇ ਜਿਹੜਾ ਇਹ ਕੋਸਲ ਦੇ ਨੌਰਥ ਕੋਸਲ ਜਿਹੜਾ ਨਾ ਉੱਤਰ ਕੋਸਲ ਦੇਸ਼ ਵੱਸਦਾ, ਜਿੱਥੇ ਸੂਰਿਆਵੰਸ਼ੀ ਰਾਜੇ ਰਾਜ ਕਰਦੇ ਰਹੇ ਨੇ ਸ਼ੁਰੂ ਤੋਂ, ਜਿਹੜਾ ਹੈਗਾ ਸਤਯੁਗ ਦੇ ਸਮੇਂ ਤੋਂ, ਸਤਯੁਗ ਰੇਤਾ ਮਤਲਬ ਜਿਹੜੀ ਹੈ ਇਹ ਕੋਸਲ ਦੇਸ਼ ਦਾ, ਕੋਸਲ ਜਨਪਦ ਦੀ ਇਹ ਰਾਜਧਾਨੀ ਦੇ ਤੌਰ 'ਤੇ ਮਤਲਬ ਇਹ ਜਿਹੜਾ ਨਾ ਇਹ ਜਿਹੜਾ ਸਥਾਨ ਹੈ ਕੁਰਾਮ ਰਾਮ ਜਿੰਦਰ ਦੇ ਨਾਂ, ਕੋਈ ਇਹੋ ਜਿਹਾ ਥਾਂ ਨਹੀਂ ਹੈਗਾ, ਨਾ ਕੋਈ ਪਿੰਡ, ਨਾ ਕੋਈ ਸ਼ਹਿਰ, ਨਾ ਕੋਈ ਇਹੋ ਜਿਹਾ ਜਿਹੜਾ ਆਦਿ ਕਾਲ ਤੋਂ ਰਾਮ ਜੀ ਦੇ ਨਾਂ 'ਤੇ ਹੀ ਬੋਲਦਾ ਹੋਵੇ। ਸੰਸਕ੍ਰਿਤ ਵੀ ਰਾਮ ਜੀ ਦੇ ਕੋ ਰਾਮ ਕਰਕੇ, ਕੋ ਰਾਮ ਰਾਮ ਜੀ ਦਾ ਘਰ, ਅਤੇ ਜੇ ਆਇਨੇ ਅਕਬਰੀ 'ਚ ਜਾਂ ਜਿਹੜੀ ਪਰਸ਼ੀਅਨ 'ਚ ਵੀ ਉਹ ਰਾਮ, ਰਾਮ ਦੀ ਪਹਾੜੀ, ਰਾਮ ਦਾ ਟਿੱਲਾ। ਸੋ ਇਹਦਾ ਇਹ ਤਾਂ ਹੈਗਾ ਇਹਦਾ ਇਤਿਹਾਸ। ਦੂਜੀ ਗੱਲ ਤਾਂ ਉਸੇ ਗੱਲ ਕੀਤੀ ਆ, ਪਰ ਆਮ ਜਿਹੜੇ ਲੋਕ ਨੇ, ਸੰਗਤਾਂ ਨੇ, ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਸੀ, ਕਿਉਂਕਿ ਲੰਬਾ ਸਮਾਂ ਹੋ ਗਿਆ ਜੇਕਰ ਇਤਿਹਾਸ ਦੇ ਮੁਤਾਬਿਕ ਤੁਸੀਂ ਗੱਲ ਕਰ ਰਹੇ ਹੋ ਤਾਂ, ਜਿਹੜੇ ਇੱਥੇ ਨੇ ਰਾਮ ਜੀ ਦੇ ਨਾਨਕੇ ਨੇ ਜਾਂ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ, ਪਰ ਆਮ ਲੋਕਾਂ ਨੂੰ ਜਾਂ ਸਰਕਾਰਾਂ ਬਹੁਤ ਚੇਂਜ ਹੋਈਆਂ, ਇਹਦੇ ਬਾਰੇ ਸਾਂਝੀ ਜਿਹੜੀ ਹੈ ਜਾਣਕਾਰੀ ਕਿਸੇ ਨੂੰ ਨਹੀਂ ਕੀਤੀ ਗਈ, ਕੀ ਸਮਝਦੇ? ਦੇਖੋ ਇਸ ਤਰ੍ਹਾਂ ਕਿ ਜਦੋਂ ਗੈਜ਼ਟੀਅਰ ਇੱਕ ਨਾ ਲੀਗਲ ਡਾਕੂਮੈਂਟ ਹੈ, ਉਦੋਂ ਦੀ ਸਰਕਾਰ ਦਾ ਗੈਜ਼ਟੀਅਰ ਜਦੋਂ ਕਹਿੰਦਾ
ਜਿਹੜੀਆਂ ਗੁਰੂ ਸਾਹਿਬਾਨ ਤੋਂ ਲੱਗੀਆਂ ਨੇ ਤੇ ਇਹਦੇ ਨਾਲ ਇਹਦਾ ਕੀ ਇਤਿਹਾਸ ਕੀ ਆ? ਉਹ ਇਹਦਾ ਇਤਿਹਾਸ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਨਾ ਮਹਾਰਾਜਾ ਕਰਮ ਸਿੰਘ ਨੇ ਕੁਛ ਸਮਾਰਕ ਬਣਵਾਏ, ਮਤਲਬ ਇਸ ਤਰ੍ਹਾਂ ਜਿਹੜੀਆਂ ਨਾ ਜਿੰਨੇ ਵੀ ਉਹਨੇ ਅਸਥਾਨ ਬਣਾਏ ਨੇ, ਬਹਾਦਰਗੜ੍ਹ ਜਿਹੜਾ ਹੈਗਾ ਜੇ ਉੱਥੇ ਚਲੋ ਆਪਣਾ ਸਰਹੰਦ ਮਹਾਰਾਜ ਦਾ ਛੋਟਾ ਸਾਹਿਬਜ਼ਾਦਿਆਂ ਦਾ, ਉਹਨੇ ਸਾਰੇ ਨਾ ਉੱਥੇ ਉਹ ਗੁਰਦੁਆਰਾ ਤਾਮੀਰ ਕੀਤੇ, ਮਤਲਬ ਉਹਦੀ ਜਿਹੜੀ ਹੈ ਨਾ ਉਹਦੀ ਇਸ ਤਰ੍ਹਾਂ ਦੀ ਸੀਗੀ। ਇੱਥੇ ਤੁਹਾਨੂੰ ਦੱਸਿਆ ਵੀ ਇੱਥੇ ਰਾਮਗੜ੍ਹ ਬਣਾ ਕੇ ਉਹਨੇ ਰਾਮਗੜ੍ਹ ਦਾ ਜਿਹੜਾ ਹੈਗਾ ਕਿਲ੍ਹਾ ਬਣਾਇਆ, ਇਹ ਰਾਮਗੜ੍ਹ ਦਾ ਕਿਲ੍ਹਾ, ਇਹ ਉਹਦੀ ਬਾਰਾਂ ਦੀ ਹੈ। ਅੱਛਾ, ਇੱਥੇ ਫਿਰ ਸਿੱਧ ਪੁਰਸ਼ ਨੇ, ਜਿਹਨਾਂ ਦੀ ਸਾਹਮਣੇ ਫੋਟੋ ਲੱਗੀ ਹੋਈ ਹੈ, ਉਹ ਜਿਹੜਾ ਦਯਾਨੰਦ ਸਰਸਵਤੀ ਸਿੱਧ ਪੁਰਸ਼ ਨੇ, ਇੱਥੇ ਉਹਨਾਂ ਨੇ ਜਿੰਦਾ ਸਮਾਧੀ ਲਈ ਹੈ, ਮਤਲਬ ਇੱਥੇ ਆਪਣਾ ਤੁਹਾਡੇ ਸ਼ਿਵ ਮੰਦਿਰ 'ਚ। ਹਾਂ, ਬੜੇ ਪਹੁੰਚੇ ਮਹਾਂਪੁਰਖ ਜਿਹੜੇ ਨੇ ਉਹਨਾਂ ਨੇ ਫਿਰ ਪੂਰਾ ਵਿਧੀਵਤ ਇੱਥੇ ਜਿਹੜੀ ਹੈਗੀ ਹੈ ਇਹਦੀ ਜਿਹੜੀ ਹੈ ਨਾ ਜਿਸ ਤਰ੍ਹਾਂ ਸਾਰੇ ਉਹ ਜਿਹੜੀ ਕਰਕੇ ਅਤੇ ਉਹਦੇ ਮੁਤਾਬਕ ਇਹਦੀ ਪ੍ਰਾਣ ਪ੍ਰਤਿਸ਼ਠਿਤ ਕਰਕੇ ਅਤੇ ਜਿਹੜਾ ਹੈਗਾ ਇਹਦੀ ਜਿਹੜੀ ਇਹਨੇ ਇੱਥੇ ਸਥਾਪਨਾ ਕੀਤੀ। ਅਤੇ ਅਸੀਂ ਜੈਪੁਰ ਜਾ ਕੇ ਸਾਡੇ ਨਾਲ ਇੱਕ ਸਿਸਟਰ ਵਾਰਡਨ ਹੁੰਦੇ ਜਿਹੜਾ ਹੈਗਾ ਉਹਨਾਂ ਨੇ ਉੱਥੋਂ ਜਾ ਕੇ ਅਸੀਂ ਸਾਰਾ ਕੁਛ ਲੈ ਕੇ ਆਏ, ਮੂਰਤੀ ਵੀ ਬਣਵਾਈ ਸਾਰਾ ਕਰਕੇ। ਤੁਹਾਡੇ ਕੋਲ ਇੰਨੀ ਜਾਣਕਾਰੀ ਹੈ, ਤੁਸੀਂ ਫਿਰ ਕਿਸੇ ਅਧਿਕਾਰੀ ਸਭਾ ਨਾਲ ਗੱਲ ਕੀਤੀ, ਕਿਉਂਕਿ ਤੁਸੀਂ ਲੰਬਾ ਸਮਾਂ ਹੋ ਗਿਆ ਉਹਦੇ ਸੇਵਾ ਕਰ ਰਹੇ ਹੋ, ਤੁਹਾਨੂੰ ਲੱਗਦਾ ਨਹੀਂ ਸੀ ਕਿ ਸਰਕਾਰਾਂ ਬਹੁਤ ਆਈਆਂ ਨੇ ਵੀ ਹਾਲਾਤ ਚੇਂਜ ਹੋਣੇ ਚਾਹੀਦੇ ਨੇ? ਐਡਾ ਵੱਡਾ ਸਥਾਨ ਹੈ, ਕਿਉਂਕਿ ਅੱਜ ਅਯੋਧਿਆ ਦੇ ਵਿੱਚ ਮਨਾਇਆ ਜਾ ਰਿਹਾ, ਕਿ ਤੁਹਾਨੂੰ ਲੱਗਦਾ ਉਹਦਾ ਜਿਹੜਾ ਇਫੈਕਟ ਹੈ ਹੁਣ ਇੱਥੇ ਦੇਖਣ ਨੂੰ ਮਿਲੂ, ਲੱਗਦਾ ਹਾਲਾਤ ਸੁਧਰਨ? ਦੇਖੋ, ਅਸੀਂ ਜਦੋਂ ਇਹ ਸ਼ੁਰੂ ਕੀਤਾ ਨਾ ਉਦੋਂ ਇੱਥੇ ਬਾਦਲ ਦੀ ਬੀਜੇਪੀ ਤੇ ਇਹਦੀ ਸਰਕਾਰ ਸੀਗੀ ਆਪਣਾ ਅਕਾਲੀ ਦਲ ਦੀ, ਇੱਥੇ 80 ਪਿੰਡਾਂ ਦੀ ਇੱਕ ਕਮੇਟੀ ਬਣੀ ਹੋਈ ਹੈ ਸ਼ਿਵ ਮੰਦਿਰ ਦੀ। ਅੱਛਾ ਜੀ। ਉਹ ਸਾਰਿਆਂ ਨੇ ਇਕੱਠੇ ਹੋ ਕੇ ਬਕਾਇਦਾ ਪੰਚਾਇਤਾਂ ਤੋਂ ਮੇਰੇ ਕੋਲ ਪਿਆ ਆਪਣਾ ਜਿਹੜਾ ਹੈਗਾ ਮੈਮੋਰੈਂਡਮ ਜਿਹੜਾ, ਉਹ ਲੈਡ ਬਾਈ ਮੀ, ਅਸੀਂ ਸਾਰੀਆਂ ਪੰਚਾਇਤਾਂ ਨੇ ਜਾ ਕੇ ਅਸੀਂ ਜਿਹੜੀ ਉਹ ਚੀਫ ਮਿਨਿਸਟਰ ਨੂੰ ਰਿਕੁਐਸਟ ਕੀਤੀ ਕਿ ਇਹਨੂੰ ਪੁੱਤਰ ਸ਼ਾਹਦਾ ਇਹਨੂੰ ਜਿਹੜੀ ਹੈ ਨਾ ਇਹਨੂੰ ਦਰਜਾ ਦਿਓ, ਇਹਨੂੰ ਡਿਵੈਲਪ ਕਰੋ। ਅੱਛਾ, ਪਰ ਇਹ ਹੈ ਵੀ ਇਹਦੇ 'ਚ ਕੀ ਗੱਲ ਸੀਗੀ, ਕਿਸੇ ਦੇ ਕਰਮਾਂ 'ਚ ਨਹੀਂ ਸੀ, ਸਰਕਾਰਾਂ ਨੂੰ ਪਤਾ ਹੋਣ ਦੇ ਬਾਵਜੂਦ। ਹੁਣ ਇਹਦੇ ਬਾਰੇ ਕੋਈ ਲੁਕੀ ਨਹੀਂ ਹੈ ਗੱਲ, ਜੇ ਕੋਈ ਕਹੇ ਵੀ ਸੈਂਟਰ ਦੀ ਸਰਕਾਰ ਨੂੰ ਪਤਾ, ਕਿਉਂ? ਸਭ ਨੂੰ ਪਤਾ। ਇਸ ਸਥਾਨ ਨੂੰ ਕਿਉਂ ਪਿੱਛੇ ਪਾਉਣਾ ਚਾਹੁੰਦੇ ਨੇ ਮੈਨੂੰ ਨਹੀਂ। ਫਿਰ ਅੱਜ ਅਯੋਧਿਆ ਦੇ ਵਿੱਚ ਜਿਹੜਾ ਸਮਾਗਮ ਲਿਖਿਆ ਗਿਆ, ਅੱਜ ਉੱਥੇ ਜਿਹੜਾ ਮਨਾਇਆ ਜਾ ਰਿਹਾ, ਜਿਸ ਦੇ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ, ਹੋਰ ਜਿਹੜਾ ਲੀਡਰਸ਼ਿਪ ਪਹੁੰਚ ਰਹੀ ਹੈ, ਕਿ ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਕਿਤੇ ਨਾ ਕਿਤੇ ਜਿਹੜਾ ਇਸ ਧਾਰਮਿਕ ਸਥਾਨ ਦੀ ਗੱਲ ਕੀਤੀ ਜਾਵੇ ਕਿ ਲੱਗਦਾ ਹਾਲਾਤ ਸੁਧਰਨਗੇ, ਕਿਉਂਕਿ ਵਿਧਾਇਕ ਵੀ ਪਹੁੰਚ ਰਹੇ ਨੇ, ਕਈ MLA ਸਾਹਿਬਾਨ ਪਹੁੰਚ ਰਹੇ ਨੇ? ਅਸਲੀਅਤ ਇਹ ਹੈ ਕਿ ਜਿਹੜੇ ਪੁਰਾਣ ਨੇ, ਪੁਰਾਣਿਕ ਲਿਟਰੇਚਰ ਜਿਹੜਾ ਉਹ ਨਾ ਇੰਨੀ ਉਹਦੇ 'ਚ ਜੇ ਤੁਸੀਂ ਦੇਖੋ ਉਹ ਹੂ ਬੂ ਜਿਹੜੀਆਂ ਸੈਟੇਲਾਈਟ ਇਮੇਜਸ ਨੇ ਨਾ, ਜਿਹੜੇ ਸੈਟੇਲਾਈਟ ਨੇ ਜਿਹੜੀਆਂ ਸਬ ਕੌਂਟੀਨੈਂਟ ਦੀਆਂ ਜਿਹੜੀਆਂ ਨੇ, ਇਹ ਸਥਾਨ ਪਰਫੈਕਟਲੀ ਟੈਲੀ ਕਰਦਾ ਕਿ ਇਹ ਜਿਹੜਾ ਨੌਰਥ ਕੋਸਟਲ ਇਹੀ ਹੈ, ਸਮਝੋ ਗੱਲ। ਅੱਛਾ, ਹੁਣ ਇਹਨੂੰ ਪਛਾਣ ਪਾਉਣ ਦਾ ਮਤਲਬ ਜਿਹੜਾ ਕੀ ਸੰਯੋਗ ਹੈ ਕਿ ਮਤਲਬ ਜਿਹੜੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਜਾਂ ਸਿਆਸਤ ਨਹੀਂ ਚਾਹੁੰਦੀ ਵੀ ਇਹਨੂੰ ਆਪਾਂ ਅੱਗੇ ਕਰੀਏ, ਸਮਝੋ ਕਿ ਨਹੀਂ? ਇਸ ਤਰ੍ਹਾਂ ਕਰਕੇ ਹੁਣ ਇਹਦੇ ਆਲੇ ਦੁਆਲੇ ਜੇ ਤੁਸੀਂ ਦੇਖੋ ਇੱਥੇ C1 ਹੈ, ਇਹ ਨਾ ਤਿੰਨ ਜਿਹੜੇ ਇਸ ਵੇਲੇ ਨੇ, ਆਹ ਤੁਹਾਡਾ ਕੈਥਲ ਕਪਸ ਆਪਣਾ ਇਹਦਾ ਜਿਹੜਾ ਹਨੂੰਮਾਨ ਜੀ ਦਾ ਪਹੋਵਾ, ਹਾਂਜੀ, ਜਿਹੜਾ ਪੁਰਾਣਾ ਸਾਰਿਆਂ ਨਾਲੋਂ ਪੁਰਾਣਾ ਤੀਰਥ ਹੈ, ਔਰ C1 ਜਿਹਨੂੰ ਕਹਿ ਦਿੰਦੇ ਹਾਂ, ਉੱਥੇ ਸੀਤਾ ਮਾਤਾ ਜੀ ਦਾ ਉੱਥੋਂ ਬਣਵਾਸ ਸ਼ੁਰੂ ਹੋਇਆ। ਅੱਛਾ, ਇਹਦੇ ਦੁਆਲੇ ਇਹਦੇ ਲਾਗੇ ਦੋ ਤਾਂ ਅਸੀਂ ਵੇਖ ਲਏ ਜਿਹੜਾ ਦਰਸ਼ਨ ਕੀਤੇ ਨੇ, ਦੋ ਜਿਹੜੇ ਸੱਤ ਰਿਸ਼ੀ ਜਿਹੜੇ ਬ੍ਰਹਮ ਰਿਸ਼ੀ ਨੇ ਉਹਨਾਂ ਦੇ ਆਸ਼ਰਮ ਨੇ, ਉਹ ਸੱਤ ਰਿਸ਼ੀ ਦਾ ਤਾਂ ਆਸ਼ਰਮ ਹੈਗਾ C1 ਚ, ਉੱਥੇ ਜੇ ਕਿਤੇ ਜਾਓ ਦਸ਼ਾ ਮੇਧ ਮੰਦਿਰ ਇਸ ਤਰ੍ਹਾਂ ਕਰ, ਦਸ਼ ਅਸ਼ਮੇਧ ਮੰਦਿਰ ਇਸ ਤਰ੍ਹਾਂ ਕਰਕੇ,
ਮੈਂ ਪਹਿਲਾਂ ਸਮਝਦਾ ਸੀ ਵੀ ਸਿਰਫ ਰਾਵਣ ਮਤਲਬ ਦਸ਼ਾਮੇਧ ਆਪਾਂ ਉਹਨੂੰ ਸਮਝਦੇ ਹਾਂ। ਉਹ ਕਹਿੰਦੇ 10 ਅਸ਼ਵਮੇਧ ਯੱਗ ਹੋਏ ਨੇ ਇੱਥੇ ਜਿਹੜੇ ਸੂਰਵੰਸ਼ੀ ਰਾਜਿਆਂ ਨੇ ਕੀਤੇ ਨੇ। ਜੇ ਆਪਾਂ ਗੱਲ ਇਸ ਸਥਾਨ ਦੀ ਗੱਲ ਕੀਤੀ ਜਾਵੇ ਤਾਂ ਆਮ ਲੋਕਾਂ ਨੂੰ ਸੰਗਤ ਨੂੰ ਕੀ ਕਹਿਣਾ ਚਾਹੁੰਦਾ, ਕਿਉਂਕਿ ਅਯੋਧਿਆ ਦੇ ਵਿੱਚ ਬੜੀ ਸੰਗਤ ਜਾ ਰਹੀ ਹੈ ਤਾਂ ਖਾਸ ਤੌਰ ਤੇ ਕਿ ਉਹਨਾਂ ਦੇ ਨਾਨਕੇ ਨੇ ਉਹਨਾਂ ਦਾ ਪ੍ਰਵਾਹ ਹੋਏ ਸੀ ਤਾਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦਾ ਵੀ ਉੱਥੇ ਦਰਸ਼ਨ ਕਰਨ ਵਾਸਤੇ ਆਉਣ, ਕਿਉਂਕਿ ਸੰਗਤ ਆਉਂਦੀ ਨਹੀਂ, ਸੰਗਤ ਨਹੀਂ ਆਉਂਦੀ ਸੀ ਮੈਨੂੰ ਲੱਗਦਾ ਨਹੀਂ। ਇਹ ਨਾ ਇਹ ਕਰਮਾਂ ਦੀ ਖੇਡ ਹੈ, ਇਹ ਜਿਹਦੇ ਜਦੋਂ ਅਸਥਾਨ ਨੇ ਕਿਸੇ ਨੇ ਪ੍ਰਗਟ ਹੋਣਾ, ਜਦੋਂ ਉਹਨਾਂ ਨੇ ਕਹਾ ਹੋਣਾ ਉਹਦੇ ਮੁਤਾਬਕ ਹੋਣਾ, ਇਹ ਕਿਸੇ ਦੇ ਸੱਦੇ ਨਾਲ ਨਹੀਂ। ਜਿਹਦੇ ਕਰਮਾਂ 'ਚ ਹੋਣਾ ਉਹਨੇ ਇੱਥੇ ਆਉਣਾ। ਇੱਥੇ ਹੁਣ ਤੁਸੀਂ ਇੱਕ ਅੰਦਾਜ਼ਾ ਲਾਓ ਕਿ ਜਦੋਂ ਉੱਥੇ ਤਾਂ ਕੁਛ ਹੋ ਨਹੀਂ ਸਕਿਆ, ਉੱਥੇ ਤਾਂ ਹੁਣ 25 ਸਾਲਾਂ ਬਾਅਦ ਹੁਣ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ, ਇਹ ਉਸੇ ਮਹੂਰਤ 'ਚ ਇੱਥੇ ਪ੍ਰਾਣ ਪ੍ਰਤਿਸ਼ਠਾ ਵੀ ਹੋਗੀ, ਇੱਥੇ ਮੰਦਰ ਦੀ ਸਥਾਪਨਾ ਵੀ ਹੋਗੀ। ਔਰ ਪਿਛਲੇ 25 ਸਾਲਾਂ ਤੋਂ ਬਿਲਾ ਨਾਗਾ ਹਰ ਮਹੀਨੇ ਇੱਥੇ ਅਸ਼ਟਮੀ ਨੂੰ ਪਾਠ ਰੱਖਿਆ ਜਾਂਦਾ ਰਮਾਇਣ ਜੀ ਦਾ, ਨੌਵੀਂ ਨੂੰ ਭੋਗ ਪੈਂਦਾ 25 ਸਾਲ ਤੋਂ। ਸਮਝ ਕਿ ਨਹੀਂ ਇਹਦੀ ਮਰਿਆਦਾ ਵੀ ਉਸ ਤਰ੍ਹਾਂ ਚੱਲ ਰਹੀ ਹੈ। ਸੰਗਤ ਪਰ ਸੰਗਤ ਉਸ ਤਰ੍ਹਾਂ ਨੂੰ ਵੇਖਣ ਨੂੰ ਮਿਲੂ ਜਿਵੇਂ ਅੱਜ ਦੇਖੋ ਸੰਗਤ ਹਰ ਇੱਕ ਦੇ ਕਰਮਾਂ 'ਚ ਨਹੀਂ ਹੁੰਦਾ, ਜਿਹਦੇ ਕਰਮਾਂ 'ਚ ਹੈ ਜਿਹਨੇ ਇੱਥੇ ਉਹ ਸੰਗਤ ਜਿਹੜੀ ਜੁੜੀ ਵੀ ਆ ਸਾਰੇ ਜਿੰਨਾ ਜਿਹੜਾ ਆਲਾ ਦੁਆਲਾ ਸਾਰੇ ਨਗਰ ਨੇ ਉਹਨਾਂ ਨੂੰ ਪਤਾ, ਉਹਨਾਂ ਦੀ ਇਹ ਉਹਨਾਂ ਦੀ ਆਸ ਹੈ ਕਿ ਭਗਵਾਨ ਦਾ ਜਿਹੜੀ ਹੈਗੀ ਜਨਮ ਵੀ ਇੱਥੇ, ਇਹ ਲੋਕਾਂ ਦੀ ਆਸ ਹੈ, ਇੱਕ ਲਿਵਿੰਗ ਟ੍ਰੈਡੀਸ਼ਨ ਹੈ। ਤੁਹਾਡੇ ਇਤਿਹਾਸ ਦੀ ਗੱਲ ਕਰੀਏ, ਕਿੰਨਾ ਚਿਰ ਹੋਗਾ ਤੁਹਾਨੂੰ ਇਸ ਜਗ੍ਹਾ ਦੀ ਖੋਜ ਕਰਦੇ, ਕਿਉਂਕਿ ਡਾਕਟਰ ਦੇ ਨਾਲ ਜਿਹੜਾ ਇਸ ਤਰ੍ਹਾਂ ਦੀ ਖੋਜ ਕਰਨਾ ਇੱਕ ਬੜਾ ਵਿਲੱਖਣ ਜਿਹਾ ਇੱਕ ਸੁਭਾਅ ਪ੍ਰਾਪਤ ਹੁੰਦਾ ਤੁਹਾਨੂੰ, ਵੱਡੀ ਵੱਡੀ ਪਰਮਾਤਮਾ ਦੀ ਮਿਹਰ ਹੈ। ਇਸ ਤਰ੍ਹਾਂ ਨੈਚੁਰਲ ਹੋ ਗਈ ਕਿ ਮਾਤਾ ਕੁਸ਼ਲਿਆ ਦਾਸ ਪੋਸਟਡ ਸੀਗਾ, ਉੱਥੇ ਕਚਹਿਰੀਆਂ ਨੇ ਸਾਡੀ ਥਾਂ ਮੱਲ ਲਈ, ਸਮਝੋ ਕਿ ਨਹੀਂ, ਉੱਥੇ ਅਸੀਂ ਮੋਰਚਾ ਲਾ ਤਾ ਵੀ ਮਾਤਾ ਕੁਸ਼ਲਿਆ ਜੀ ਦੀ ਥਾਂ ਹੋਵੇ ਤੇ ਤੁਸੀਂ ਭਾਈ ਐ ਅਸੀਂ ਤੁਹਾਨੂੰ ਨਜਾਇਜ਼ ਮੱਲਣ ਨਹੀਂ ਦਿੰਦੇ। ਉਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀਗੀ। ਅੱਛਾ, ਅਸੀਂ ਵਾਜਪਾਈ ਸਾਹਿਬ ਨੂੰ ਇੱਕ ਮਾਤਾ ਕੁਸ਼ਲਿਆ ਬਚਾਓ ਕਮੇਟੀ ਬਣਾ ਕੇ ਅਸੀਂ ਉਹਨਾਂ ਨੂੰ ਟੈਲੀਗ੍ਰਾਮ ਪਾਤੀ। ਅੱਛਾ, ਉਹਨਾਂ ਨੇ ਉਦੋਂ ਉਹ ਕਰਤਾ ਇੱਥੇ ਜਿਹੜੀ ਉਹਨਾਂ ਚੀਫ ਸੈਕਟਰੀ ਸੁਪਰੀਮ ਸਦ ਕੇ ਸਾਨੂੰ ਕਿ ਥਾਂ ਛੱਡੋ, ਅਸੀਂ ਵੀ ਥਾਂ ਨਹੀਂ ਛੱਡ ਸਕਦੇ, ਸਾਡੀ ਜਾਤੀ ਥਾਂ ਨਹੀਂ ਛੱਡਦੇ, ਮਾਤਾ ਜੀ ਦੀ ਥਾਂ ਅਸੀਂ ਰੱਬ ਨੂੰ ਜਾਣ ਦੇਣੀ, ਅਸੀਂ ਨਹੀਂ ਕਰਨਾ। ਉੱਥੋਂ ਸਾਨੂੰ ਆਇਆ ਵੀ ਯਾਰ ਮਾਤਾ ਕੁਸ਼ਲਿਆ ਜੀ ਦਾ ਵੀ ਇੱਥੇ, ਉਹ ਕਹਿੰਦੇ ਜੀ ਅਸੀਂ ਤਾਂ ਇਹਦੇ ਨਾਨਕੇ ਨੇ ਭਗਵਾਨ ਦੇ। ਫਿਰ ਅਸੀਂ ਇੱਥੇ ਆ ਗਏ, ਇੱਥੇ ਆ ਕੇ ਅਸੀਂ ਦੇਖਿਆ ਵੀ 6 ਮੰਦਰ ਸੀਗਾ ਪਰ ਉਹਨਾਂ ਦੇ ਨਾਂ ਤੇ ਮੰਦਰ ਕੋਈ ਨਹੀਂ ਸੀ। ਫਿਰ ਅਸੀਂ ਖੋਜ 'ਚ ਲੱਗ ਗਏ, ਅਸੀਂ ਕਿਹਾ ਯਾਰ ਇਹਨਾਂ ਨੂੰ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਪੁੱਛਿਆ, ਪਿੰਡ ਵਾਲੇ ਕਿਉਂਕਿ ਇੱਥੇ ਬਹੁਤੇ ਰਿਫਿਊਜੀ ਨੇ ਬਾਹਰੋਂ, ਉੱਥੋਂ ਪਟਿਆਲੇ ਆਪਣਾ ਉਹਦੇ ਪਾਕਿਸਤਾਨ ਤੋਂ ਆਏ ਹੋਏ। ਫਿਰ ਅਸੀਂ ਇੱਥੋਂ ਇਹਨਾਂ ਦਾ ਜਿਹੜੇ ਪਿਤਾ ਪੁਰਖੀ ਨੇ ਉਹ ਨਾ ਇੱਥੇ ਚੱਕੀ ਵਾਲੇ ਵੱਜਦੇ ਨੇ, ਅਸੀਂ ਉਹਨਾਂ ਕੋਲ ਚਲੇ ਗਏ। ਅਸੀਂ ਕਿਹਾ ਵੀ ਤੁਹਾਨੂੰ ਕਿਵੇਂ ਪਤਾ, ਕਹਿੰਦੇ ਸਾਨੂੰ ਸੀਨਾ ਮਸੀਨਾ ਸਾਨੂੰ ਇਹ ਸਾਡੇ ਵੱਡਿਆਂ ਨੇ ਦੱਸਿਆ ਹੋਇਆ। ਫਿਰ ਅਸੀਂ ਖੋਜੀ ਸੀਗੇ, ਅਸੀਂ ਜਿਹੜੀਆਂ ਤੁਹਾਨੂੰ ਪਤਾ ਵੀ ਸਾਇੰਸ ਸਕੂਲ ਇਹੋ ਜਿਹੇ ਹੁੰਦੇ ਨੇ, ਮਤਲਬ ਜਿਹੜੀ ਹੈ ਅਸੀਂ ਫਿਰ ਲੈਬ ਦੇ ਫਿਰ ਖੋਜ ਕੀਤੀ, ਕਿਤਾਬਾਂ ਬਣੀਆਂ ਆਰਕਾਈਵ 'ਚ ਜਾ ਵੜੇ, ਅਸੀਂ ਉਹਦੇ 'ਚ ਜਾ ਵੜੇ, ਅਸੀਂ ਸਾਨੂੰ ਮਿਲ ਗਿਆ। ਫਿਰ ਅਸੀਂ ਉਹਦੇ 'ਚ ਵੇਖਿਆ ਵੀ ਉਹਦੇ ਜਿਹੜੀਆਂ ਨਾ, ਫਿਰ ਅਸੀਂ ਰਮਾਇਣ ਜੀ ਦਾ ਅਧਿਐਨ ਕਰ ਲਿਆ, ਵਾਲਮੀਕ ਰਮਾਇਣ ਜੀ ਦਾ। ਹੁਣ ਵਾਲਮੀਕ ਰਮਾਇਣ ਜੀ 'ਚ ਉਹ ਨਾ ਜਦੋਂ ਪੁੱਤਰ ਪ੍ਰਾਪਤੀ ਯੱਗ ਹੁੰਦਾ ਉਦੋਂ ਨਾ ਆਪਣੇ ਨੂੰ ਸਮੰਤਰ ਜਿਹੜਾ ਉਹਨਾਂ ਦਾ ਆਪਣਾ ਹੈਗਾ ਵਜ਼ੀਰ ਹੈ ਉਹਨੂੰ ਨਾ ਮਹਾਰਾਜ ਦਸ਼ਰਥ ਕਹਿ ਰਹੇ ਨੇ ਵੀ ਸਾਡੇ ਜਿਹੜੇ ਪ੍ਰਿਯ ਜਿਹੜੇ ਨੇ ਆਪਣਾ ਦਕਸ਼ਣ ਦਿਸ਼ਾ ਦੇ ਜਿਹੜੇ ਕੌਸਲ ਨਰੇਸ਼, ਉੱਥੇ ਕੌਸਲ ਨਰੇਸ਼ ਲਫ਼ਜ਼ ਜੋੜਦੇ, ਕੌਸਲ ਨਰੇਸ਼ ਭਾਨੂ ਮੰਤਰੀ ਜੀ ਨੂੰ ਆਮੰਤ੍ਰਿਤ ਕਰੋ। ਅਸੀਂ ਕਿਹਾ ਯਾਰ ਵੀ ਕੌਸਲ ਨਰੇਸ਼ ਤਾਂ ਆ ਬੈਠੇ ਨੇ, ਇਹ ਕਿਹੜਾ ਕੌਸਲ, ਹੋਰ ਕਿਹੜਾ ਕੌਸਲ, ਕੌਸਲ 2 ਨੇ ਉਹ। ਉਦੋਂ ਬਾਅਦ ਅਸੀਂ ਪੰਜਾਬੀ ਯੂਨੀਵਰਸਿਟੀ ਲਾਇਬ੍ਰੇਰੀ ਜਾ ਵੜੀ, ਲਾਇਬ੍ਰੇਰੀ 'ਚ ਖੋਜ ਤੋਂ ਕਰਦੇ ਕਰਦੇ ਅੱਗੇ ਖੋਜ ਜਿਹੜੀ ਆ ਪ੍ਰਾਪਤ ਹੋ ਗਈ। ਹਾਂ, ਉਹਦੇ 'ਚੋਂ ਸਾਰੀ ਖੋਜ 'ਚੋਂ ਮੁੜ ਕੇ ਜੋ ਕੁਛ ਨਿਕਲਿਆ ਤੇ ਲੋਕਾਂ ਦੀ ਇੱਥੇ ਆਸ ਹੈ ਵੀ ਜਿਹੜਾ ਇਹ ਭਗਵਾਨ ਦਾ ਸਥਾਨ ਹੈ, ਸਮਝਕ ਨਹੀਂ, ਜਿਹੜੀ ਗੈਜ਼ਟੀਅਰ ਕਹਿੰਦਾ ਵੀ ਇਹ ਨਾਨਕੇ ਨੇ, ਅੱਛਾ ਪੁਰਾਣਿਕ ਲਿਟਰੇਚਰ ਕਹਿੰਦਾ ਵੀ ਨੌਰਥ ਕੋਸਲ ਹੈ, ਹੈ ਭਗਵਾਨ ਦਾ, ਔਰ ਭਗਵਾਨ ਰਾਮ ਦਾ ਸਥਾਨ ਤਾਂ ਭਗਵਾਨ ਦਾ ਹੀ, ਰਾਮ ਜੀ ਦਾ ਰਾਮ ਦਾ ਸਥਾਨ। ਚਲੋ ਠੀਕ ਹੈ।
ਬਿਲਕੁਲ ਇਹ ਸਨ ਸੰਗਤਾਂ, ਇਹ ਸਨ ਸੇਵਾਦਾਰ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਗੱਲਬਾਤ ਕੀਤੀ ਹੈ। ਬੜਾ ਲੰਬਾ ਸਮਾਂ ਹੋ ਗਿਆ ਇਹ ਡਾਕਟਰ ਸਾਹਿਬਾਨ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਜਿਹੜੀ ਹੈ ਉਹ ਸੇਵਾ ਕਰ ਰਹੇ ਨੇ। ਬਹੁਤ ਘੱਟ ਹੁੰਦੇ ਨੇ ਕਿਉਂਕਿ ਰਿਟਾਇਰ ਹੋਣ ਤੋਂ ਬਾਅਦ ਜਿਹੜੇ ਅਕਸਰ ਜਿਹੜੇ ਲੋਕ ਹੁੰਦੇ ਨੇ ਉਹ ਕਹਿੰਦੇ ਅਸੀਂ ਐਸ਼ ਤਸਤੀ ਕਰੀਏ, ਘਰੇ ਬੈਠੀਏ, ਪਰਿਵਾਰ ਦੇ ਨਾਲ ਸਮਾਂ ਬਤੀਤ ਕਰੀਏ। ਇਹ ਪਰਿਵਾਰ ਦੇ ਨਾਲ ਵੀ ਸਮਾਂ ਬਤੀਤ ਕਰ ਰਹੇ ਨੇ ਤੇ ਨਾਲ ਹੀ ਸੇਵਾ ਵੀ ਕਰ ਰਹੇ, ਨਾਲੇ ਪੁੰਨ ਵੀ ਖੱਟ ਰਹੇ ਨੇ। ਜਿਸ ਤਰ੍ਹਾਂ ਅੱਜ ਨੇ ਤੁਸੀਂ ਜਿਹੜੀ ਸਾਰੀ ਜਾਣਕਾਰੀ ਉਹ ਸਾਂਝੀ ਕੀਤੀ ਹੈ, ਸੋ ਅਸੀਂ ਵੀ ਜਿਹੜਾ ਸੰਗਤਾਂ ਨੂੰ ਜਿਹੜਾ ਖਾਸ ਤੌਰ ਤੇ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਜੇਕਰ ਕੋਈ ਦਰਸ਼ਨ ਕਰਨਾ ਚਾਹੁੰਦਾ ਤਾਂ ਪਟਿਆਲਾ ਦੇ ਬਿਲਕੁਲ ਨੇੜੇ ਜਾਣ ਕੇ 15-20 ਕਿਲੋਮੀਟਰ ਦੇ ਨਜ਼ਦੀਕ ਹੈ ਘੜਾ ਪਿੰਡ ਹੈ, ਉੱਥੇ ਜਿਹੜਾ ਖਾਸ ਤੌਰ ਤੇ ਜਿਹੜਾ ਭਗਵਾਨ ਰਾਮ ਜੀ ਦੇ ਜਿਹੜੇ ਨਾਨਕੇ ਨੇ ਉਹ ਦੱਸਿਆ ਜਾ ਰਿਹਾ, ਤਾਂ ਤੁਸੀਂ ਵੀ ਜਿਹੜਾ ਦਰਸ਼ਨ ਕਰਨ ਵਾਸਤੇ ਪਹੁੰਚ ਸਕਦੇ ਹੋ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅੱਜ ਰਾਮ ਜੀ ਦੇ ਜਿਹੜੇ ਗੁਣਗਾਨ ਨੇ ਉਹ ਅਯੋਧਿਆ ਦੇ ਵਿੱਚ ਗਾਏ ਜਾ ਰਹੇ ਨੇ, ਜਿਸ ਤੋਂ ਬਾਅਦ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ, ਕਰੋੜਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਉੱਥੇ ਪਹੁੰਚੀ ਹੈ। ਪਰ ਘੜਾਮ ਦੀ ਤਪ ਦੇ ਜਿਹੜਾ ਮੰਦਿਰ ਆ ਉਹ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਗੱਲ ਕੀਤੀ ਜਾਵੇ ਤਾਂ ਨਹੀਂ, ਅੰਦਰ ਦਾ ਜਿਹੜਾ ਅੰਦਾਜ਼ਾ ਉਹ ਕੀਤਾ ਗਿਆ ਸੀ, ਤਾਂ ਅੱਜ ਇੱਥੇ ਜਿਹੜੇ ਵਿਧਾਇਕ ਨੇ ਉਹ ਹਰਮੀਤ ਪਠਾਨ ਮਾਜਰਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਐਲਾਨ ਕੀਤਾ ਗਿਆ, ਤੇ ਉਹਨਾਂ ਦੇ ਮੂੰਹ ਤੋਂ ਹੀ ਸੁਣਦੇ ਆ ਸਰ ਕੀ ਐਲਾਨ ਕੀਤਾ ਗਿਆ, ਕਿਉਂਕਿ ਲੋਕਾਂ ਨੂੰ ਜਾਣਕਾਰੀ ਹੈ ਹੀ ਨਹੀਂ ਸੀ ਵੀ ਇੱਥੇ ਮੰਦਿਰ ਹੈ। ਇਹ ਜਿਹੜੀ ਪਾਵਨ ਧਰਤੀ ਆ ਘੜਾਮ, ਇਹ ਦਸ਼ਰਥ ਜੀ ਦੀ ਬਰਾਤ ਇੱਥੇ ਆਈ, ਮਾਤਾ ਕੁਸ਼ਲਿਆ ਦਾ ਇਹ ਜਨਮ ਸਥਾਨ ਆ, ਇੱਥੇ ਉਹਨਾਂ ਦੀ ਸ਼ਾਦੀ ਹੋਈ। ਇਹ ਨਾਨਕੇ ਨੇ ਸ੍ਰੀ ਰਾਮ ਚੰਦਰ ਜੀ ਦੇ, ਪਰ ਇੱਥੇ ਅੱਜ ਤੱਕ ਕਦੇ ਵੀ ਕਿਸੇ ਨੇ ਗੌਰ ਨਹੀਂ ਕੀਤੀ। ਮੈਂ ਸਭ ਤੋਂ ਪਹਿਲਾਂ ਕੁਐਸਚਨ ਵਿਧਾਨ ਸਭਾ ਦੇ ਵਿੱਚ ਚੁੱਕਿਆ ਸੀ ਵੀ ਇਹਦੀ ਧਿਆਨ ਰੱਖਿਆ ਜਾਵੇ, ਥੋੜ੍ਹਾ ਬਹੁਤ ਆਣ ਕੇ ਉਹ ਤੋਂ ਬਾਅਦ ਫਿਰ ਇਹਨੂੰ ਇਗਨੋਰ ਕਰ ਦਿੰਦੀ ਸਾਰੀਆਂ ਕੋਈ ਵੀ ਸਰਕਾਰਾਂ ਆ। ਪਰ ਅਸੀਂ ਅੱਜ ਸਾਰੀ ਸੰਗਤਾਂ ਦੀ ਸੰਯੋਗ ਦੇ ਨਾਲ, ਬਾਬਾ ਜੀ ਦੇ ਸੰਯੋਗ ਦੇ ਨਾਲ ਅਸੀਂ ਇੱਥੇ ਅੱਜ ਐਲਾਨ ਕਰਤਾ ਵੀ ਇੱਥੇ ਮੰਦਿਰ ਬਣੂਗਾ। ਕੁਸ਼ਲਿਆ ਮਾਤਾ ਜੀ ਦੇ ਨਾਂ 'ਤੇ ਮੰਦਿਰ ਬਣੂਗਾ, ਸ਼੍ਰੀ ਰਾਮ ਚੰਦਰ ਜੀ ਦੇ ਨਾਂ 'ਤੇ ਮੰਦਿਰ ਬਣੂਗਾ। ਆ ਸਾਨੂੰ ਸਾਰਿਆਂ ਨੂੰ ਆਪਣੇ ਕੋਲੋਂ ਫੰਡ ਲੈ ਕੇ ਅੱਜ ਅਸੀਂ ਸ਼ੁਰੂਆਤ ਕਰਤੀ, 1,00,000 ਰੁਪਇਆ ਮੈਂ ਦਿੱਤਾ, 2,00,000 ਰੁਪਇਆ ਮੇਰੇ ਵੀਰ ਰਜਤ ਨੇ, ਰਜਤ ਕਪੂਰ ਜੀ ਨੇ ਦਿੱਤਾ, ਇਸ ਤਰ੍ਹਾਂ ਹੀ ਸਾਡੇ ਹੋਰ ਵੀ ਸੱਜਣ ਮਿੱਤਰਾਂ ਨੇ ਸਾਰਿਆਂ ਨੇ ਸਾਥ ਦਿੱਤਾ। ਅਸੀਂ 1 ਮਹੀਨੇ ਬਾਅਦ ਇਹਦਾ ਵਧੀਆ ਨਕਸ਼ਾ ਬਣਾ ਕੇ ਬਾਬਾ ਜੀ ਦੇ ਸੰਯੋਗ ਦੇ ਨਾਲ ਅਤੇ ਸਾਰਿਆਂ ਤੋਂ ਫੰਡ ਲੈ ਕੇ ਇਹਦਾ ਇੱਕ ਅਸੀਂ ਟਰੱਸਟ ਬਣਾਵਾਂਗੇ ਕੁਸ਼ਲਿਆ ਮਾਤਾ ਜੀ ਦੇ ਨਾਂ 'ਤੇ। ਉਹਦੇ 'ਚੋਂ ਸਾਰਿਆਂ ਤੋਂ ਆਸ ਕਰਦੇ ਹਾਂ ਵੀ ਉਸ ਟਰੱਸਟ ਦੇ ਵਿੱਚ ਸਾਰੇ ਜਣੇ ਸਹਿਯੋਗ ਦੇਣ ਅਤੇ ਅਸੀਂ ਇਹਨੂੰ ਜਿਹੜਾ ਘੜਾਮ ਨੂੰ ਨਕਸ਼ੇ ਦੇ ਉੱਤੇ ਲੈ ਕੇ ਆਵਾਂਗੇ, ਤਾਂ ਕਿ ਜਿਹੜਾ ਸਾਡਾ ਜਿੱਥੇ ਜਿਹੜੀ ਕੁੱਖ 'ਚੋਂ ਮਾਤਾ ਦੇ 'ਚੋਂ ਸ਼੍ਰੀ ਰਾਮ ਚੰਦਰ ਪੈਦਾ ਹੋਏ ਆ ਉਹਦਾ ਵੀ ਜਿਹੜਾ ਨਾਂ ਆ ਉਸ ਰਹਿੰਦੀ ਦੁਨੀਆ ਤੱਕ ਰਹੇ। ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਹੁਤ ਵੱਡੀ ਜਿਹੜਾ ਗੱਲ ਹੈ ਇਤਿਹਾਸ ਦੀ ਗੱਲ ਕੀਤੀ ਜਾਵੇ, ਇਤਿਹਾਸ ਬਹੁਤ ਵੱਡਾ ਹੈ ਅਤੇ ਦੂਜੇ ਪਾਸੇ ਨਰਿੰਦਰ ਮੋਦੀ ਵਗੈਰਾ ਜਿੱਥੇ ਪ੍ਰੋਗਰਾਮ ਲਿਖਿਆ ਗਿਆ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਹੈ ਸੰਗਤ ਉੱਤੇ ਪਹੁੰਚ ਰਹੀ ਹੈ, ਤਾਂ ਖਾਸ ਤੌਰ 'ਤੇ ਉਹਨਾਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦਾ, ਕਿਉਂਕਿ ਇਹ ਵੀ ਧਰਤੀ ਜਿਹੜਾ ਇੱਕ ਵਿਲੱਖਣ ਧਰਤੀ ਹੈ, ਇਤਿਹਾਸਿਕ ਧਰਤੀ ਆ ਉਹ। ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਜਿੱਥੇ ਪੁੱਤ ਦਾ ਧਿਆਨ ਰੱਖਿਆ, ਇੰਨਾ ਸਾਰਾ ਕੁਛ ਵੱਡੀ ਲੈਵਲ 'ਤੇ ਕੰਮ ਕੀਤਾ, ਉੱਥੇ ਮਾਤਾ ਦਾ ਵੀ ਧਿਆਨ ਰੱਖਿਆ ਜਾਵੇ। ਇਸ ਮੰਦਿਰ ਦੇ ਵਿੱਚ ਬਣਾਉਣ ਦੇ ਵਿੱਚ ਸਾਡਾ ਸਾਰੇ ਸਹਿਯੋਗ ਦੇਣ, ਅਸੀਂ ਇਸ ਮੰਦਿਰ ਨੂੰ ਇੱਕ ਦੁਨੀਆ ਦੇ ਉੱਤੇ ਜਿਹੜਾ ਨਾਂ ਜਾਵੇ, ਇੱਥੇ ਲੋਕ ਆਉਣ ਵਾਸਤੇ ਜਿਹੜਾ ਉਹ ਉਤਾਵਲੇ ਹੋਣ, ਉਹੋ ਜਿਹਾ ਮੰਦਿਰ ਬਣਾ ਕੇ ਦੇਵਾਂਗੇ ਜਿਹਨੂੰ ਲੋਕ ਹਿਸਟਰੀ 'ਚ ਯਾਦ ਰੱਖਣਗੇ। ਸੋ ਬਿਲਕੁਲ ਜਿਸ ਤਰ੍ਹਾਂ ਨੇ ਕਿਹਾ ਐਮਐਲਏ ਸਾਹਿਬ ਨੇ ਕਿ ਇਸ ਤਰ੍ਹਾਂ ਦਾ ਮੰਦਿਰ ਬਣਾਇਆ ਜਾਵੇਗਾ ਕਿ ਲੋਕ ਜਿਹੜੇ ਨੇ ਉਹ ਹਿਸਟਰੀ ਦੇ ਵਿੱਚ ਯਾਦ ਰੱਖਣਗੇ। ਸੋ ਸਾਡੇ ਨਾਲ ਜਿਹੜੇ ਕੁਝ ਜੋ ਸੇਵਾਦਾਰ ਨੇ ਬਾਬਾ ਜੀ ਨੇ ਉਹ ਵੀ ਗੱਲਬਾਤ ਕਰਦੇ ਰਹੇ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਮੰਦਿਰ ਆ ਉਹ ਜਲਦ ਤਿਆਰ ਹੋ ਜਾਵੇਗਾ, ਦੂਜੇ ਪਾਸੇ ਜਿਹੜਾ ਅਯੋਧਿਆ ਦੇ ਵਿੱਚ ਸਮਾਗਮ ਰੱਖੇ ਗਏ ਨੇ, ਕੀ ਸਮਝਦੇ ਹੋ? ਸਭ ਦੇ ਸਹਿਯੋਗ ਦੇ ਸਾਥਮਾ ਜੀ ਉਹ ਬਹੁਤ ਜਲਦ ਤਿਆਰ ਹੋ ਜਾਏਗਾ, ਇਸਮੇ ਕੋਈ ਵਿਲੰਬ ਨਹੀਂ ਹੈ, ਹੈ ਐਸਾ ਕੋਈ ਬਾਤ ਨਹੀਂ ਹੈ। ਜਿੱਦ ਆਪਕੋ ਸਭ ਦਾ ਸਹਿਯੋਗ ਮਿਲਦਾ ਰਹੇਗਾ, ਇਹ ਕੰਮ ਚੱਲਦਾ ਰਹੇਗਾ, ਕੰਮ ਨਹੀਂ ਰੁਕੇਗਾ, ਕੰਮ ਚੱਲਦਾ ਰਹੇਗਾ, ਅਜੇ 3 ਦਿਨਾਂ ਵਿੱਚ ਤਿਆਰ ਹੋ ਜਾਏਗਾ, ਕੋਈ ਐਸਾ ਨਹੀਂ। ਬਾਬਾ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰਦੇ ਨੂੰ, ਲੰਬੇ ਸਮਾਂ ਹੋ ਗਿਆ, ਇਤਿਹਾਸ ਥੋੜੀ ਜਾਣਕਾਰੀ ਸਾਂਝੀ ਕਰੋ। ਮੇਰੇ ਕੋਲ 25 ਸਾਲ ਹੋ ਗਿਆ, ਇਸ ਮੰਦਿਰ ਦਾ ਜੋ ਨਿਰਮਾਣ ਸ਼ੁਰੂ ਹੋਇਆ ਹੈ ਨਾ, ਇਹ ਵੀ ਆਪਣੇ ਦੁਆਰਾ ਹੀ ਸ਼ੁਰੂ ਹੋਇਆ ਹੈ। ਇਹ ਐਸਾ ਹੋਇਆ ਕਿ ਗੋਰਖਪੁਰ ਕਲਿਆਣ ਅੰਕ ਇੱਕ ਆਇਆ ਥਾ, ਉਸ ਕਲਿਆਣ ਅੰਕ ਮੈਂ ਇਸ ਮੰਦਿਰ ਕਰਦਾ ਕਿ ਇਹ ਮਾਤਾ ਕੌਸ਼ਲਿਆ
ਮਾਤਾ ਯਹਾਂ ਕੀ ਹੋਈ ਹੈ ਔਰ ਯੇ ਕੌਸ਼ਲਪੁਰੀ ਕੇ ਨਾਮ ਸੇ ਹੈ। ਯੇ ਪੂਰਾ ਪੰਜਾਬੀ ਕੌਸ਼ਲਪੁਰੀ ਮਾਤਾ ਦਾ, ਪੂਰਾ ਪੰਜਾਬੀ ਕੌਸ਼ਲਪੁਰੀ ਮਾਤਾ ਦਾ ਯੇ ਇਹ ਤੋਂ ਉਤਰੇ ਦਾ ਯੁੱਗ ਕੀ ਬਾਤ ਹੈ। ਤੋ ਯੇ ਉਸ ਸਮੇਂ ਕੇ ਭਗਵਾਨ ਰਾਮਚੰਦਰ ਜੀ ਜਬ ਯਹਾਂ ਪਰ ਮਨ ਆਪਣੇ ਨਨਿਆਲ ਮੇ ਆਏ ਤੋ ਭਗਵਾਨ ਭੋਲੇਨਾਥ ਸ਼ਿਵ ਜੀ ਮਹਾਰਾਜ ਜੋ ਥੇ ਨਾ ਪਾਤਾਲ ਸੇ ਪ੍ਰਗਟ ਹੋ ਕੇ, ਜੋ ਮੰਦਿਰ ਬਣਾ ਹੋਇਆ ਤੋ ਪਾਤਾਲ ਸੇ ਪ੍ਰਗਟ ਹੋਏ ਥੇ ਵਹਾਂ ਸੇ, ਤੋ ਉਨਕੇ ਦਰਸ਼ਨੋਂ ਕੇ ਲੀਏ ਯਹਾਂ ਪਰ ਆਏ। ਤੋ ਅਬ ਤੋ ਯੇ ਜੋ ਉਸਕੀ ਜਾਗ੍ਰਤੀ ਜਬ ਆਤੀ ਹੈ, ਟਾਈਮ ਆਤਾ ਹੈ, ਸਮੇਂ ਆਤਾ ਹੈ, ਤੋ ਸਭ ਕੁਝ ਬਣ ਜਾਤਾ ਹੈ। ਅੱਜ ਹਮਾਰਾ ਸਮਾਜ ਇਕੱਠਾ ਹੋਇਆ ਹੈ ਤੋ ਯੇ ਬਣ ਕੇ ਤਿਆਰ ਹੋ ਜਾਏਗਾ। ਸੋ ਬਿਲਕੁਲ ਖੁਸ਼ੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ, ਕਿਉਂਕਿ ਜਲਦ ਜਿਹੜਾ ਮੰਦਰ ਆ ਉਹ ਤਿਆਰ ਹੋ ਜਾਵੇਗਾ, ਜਿਹੜੀਆਂ ਸੰਗਤਾਂ ਨੇ ਉਹ ਇਸ ਨਵੇਂ ਨਿਰਮਾਣ ਦੇ ਮੰਦਰ ਦੇ ਦਰਸ਼ਨ ਉਹ ਕਰ ਸਕਣਗੀਆਂ।